ਹਾਂਜੀ, ਸਤਿ ਸ੍ਰੀ ਅਕਾਲ ਕਿਸਾਨ ਵੀਰੋ। ਮੈਂ ਤੁਹਾਡਾ ਆਪਣਾ ਸਹਿਬ ਸੰਧੂ। ਕਿਸਾਨ ਵੀਰੋ, ਜਿਹੜੇ ਅੱਜ ਆਪਾਂ ਖੇਤ 'ਚ ਕੜੇ ਹਾਂ, ਇੱਥੇ ਆਪਾਂ ਪਾਲਕ ਦੀ ਬਿਜਾਈ ਕੀਤੀ ਆ। ਅੱਜ ਤੋਂ ਆਪਾਂ 10-11 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ, ਉਸ ਟਾਈਮ ਜਿਹੜੀ ਆਪਾਂ ਪਾਲਕ ਦੀ ਬਿਜਾਈ ਕਰ ਰਹੇ ਸੀਗੇ 7 ਅਗਸਤ ਨੂੰ। ਤੇ ਜਿਹੜੀ ਇਹ ਕਿਸਾਨ ਵੀਰੋ ਤੁਹਾਨੂੰ ਦਿਖਾ ਰਹੇ ਹਾਂ ਖੇਤ, ਇਹ ਪਾਲਕ ਦੀ ਬਿਜਾਈ ਕੀਤੀ ਸੀ ਆਪਾਂ 7 ਤਰੀਕ ਨੂੰ, ਤੇ ਅੱਜ ਹੋ ਗਈ 18 ਤਰੀਕ। ਅੱਜ ਇਹਨੂੰ 11 ਦਿਨ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਜਰਮੀਨੇਸ਼ਨ ਹੈ ਜਿਹੜੀ ਪਾਲਕ ਦੀ ਬਹੁਤ ਵਧੀਆ ਹੋਈ ਹੈ। ਬਾਕੀ ਕਿਸਾਨ ਵੀਰੋ, ਜੇਕਰ ਪਹਿਲਾਂ ਵੀ ਆਪਾਂ ਦੱਸਿਆ ਖਾਦ ਖੁਰਾਕ ਬਾਰੇ, ਦੁਬਾਰਾ ਫਿਰ ਆਪਾਂ ਰਿਪੀਟ ਕਰ ਦਿੰਦੇ ਹਾਂ। ਜਿਵੇਂ ਇਹ ਵਾਹਣ ਤਾਂ ਕਿਸਾਨ ਵੀਰੋ ਦਰਮਿਆਨਾ ਸੀਗਾ, ਦਰਮਿਆਨੇ ਵਾਹਣ ਦੇ ਵਿੱਚ ਤੁਸੀਂ ਪੋਟਾਸ਼ ਜ਼ਰੂਰ ਪਾਓ। ਪੋਟਾਸ਼ ਨਾਲ ਜਿਹੜਾ ਹਰਾਪਣ ਜ਼ਿਆਦਾ ਰਹਿੰਦਾ ਤੇ ਠੰਡੀ ਹੁੰਦੀ ਹੈ। ਤੇ ਬਾਕੀ DAP ਸੁਫਰ ਵੀ ਪਾ ਸਕਦੇ ਹੋ, ਇਹ ਵੀ ਜ਼ਰੂਰ ਪਾਓ ਦਰਮਿਆਨੇ ਵਾਹਣ 'ਚ। ਜੇਕਰ ਤੁਹਾਡੇ ਭਾਰਾ ਵਾਹਣ ਹੈ, ਭਾਰੇ ਵਾਹਣ ਦੇ ਵਿੱਚ ਤੁਹਾਨੂੰ ਕੋਈ ਖਾਦ ਦੀ ਲੋੜ ਨਹੀਂ, ਇਕੱਲੀ DAP ਪਾ ਸਕਦੇ ਹੋ। ਭਾਰੇ ਵਾਹਣ ਦੇ ਵਿੱਚ ਤੁਹਾਨੂੰ ਵਧੀਆ ਗਰੋਥ ਕਰੂਗੀ, ਵੈਰਾਈਟੀ ਜਿਹੜੀ ਹੈ ਵਧੀਆ ਇਹ ਪਾਲਕ ਗਰੋਥ ਕਰੂਗਾ ਤੇ ਵਧੀਆ ਤੁਹਾਨੂੰ ਆਮਦਨ ਦੇਊਗਾ। ਬਾਕੀ ਕਿਸਾਨ ਵੀਰੋ, ਜਿਹੜੀ ਪਹਿਲਾਂ ਵਾਲੀ ਆਪਾਂ ਵੀਡੀਓ ਪਾਈ ਸੀਗੀ, ਉਸ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਦੇ ਕਮੈਂਟ ਆਏ ਕਿ ਇਹ ਕਿੰਨੀ ਕੁ ਆਮਦਨ ਕਿੱਲੇ 'ਚੋਂ ਦੇ ਜਾਂਦਾ। ਤੇ ਕਈ ਕਿਸਾਨ ਪੁੱਛਦੇ ਸੀ ਵੀ ਆਪਾਂ ਕਿੰਨਾ ਕੁ ਬੀਜ ਪਾਈਏ। ਵੈਸੇ ਮੈਂ ਉਹ ਵੀਡੀਓ 'ਚ ਵੀ ਰਿਪੀਟ ਕੀਤਾ ਸੀਗਾ, ਜਿਹੜਾ ਬੀਜ ਹੈ ਕਿਸਾਨ ਵੀਰੋ, ਬੀਜ ਦਾ ਜਿਵੇਂ ਹੁਣ ਮੰਨ ਲਓ ਠੰਡ ਹੈ, ਹੁਣ ਠੰਡ ਹੋ ਗਈ ਹੈ, ਹੁਣ ਇਹਦਾ ਬੀਜ ਘੱਟ ਪਊਗਾ। ਹੁਣ ਇਹਦਾ ਤੁਸੀਂ 2-2.5 ਕਿਲੋ ਕਨਾਲ ਦਾ ਪਾ ਸਕਦੇ ਹੋ। ਤੇ ਜੇ ਅਗਰ ਆਪਾਂ ਆਮਦਨ ਦੀ ਗੱਲ ਕਰੀਏ ਤਾਂ ਮੈਂ ਜਿਨ੍ਹਾਂ ਦੇ ਪੁਰਾਣੇ ਤਜਰਬੇ ਆ ਪਾਲਕ ਦੀ ਖੇਤੀ 10-12 ਸਾਲ ਤੋਂ ਕਰਦੇ, ਉਹਨਾਂ ਮੈਂ ਜ਼ਿਮੀਂਦਾਰਾਂ ਨੂੰ ਮਿਲਿਆ ਕਿਸਾਨ ਵੀਰੋ, ਇੱਕ ਕਨਾਲ ਦੇ ਵਿੱਚੋਂ ਉਹ ਕਹਿੰਦੇ ਵੀ 40,000 ਤੋਂ ਪਲੱਸ ਇਹ ਆਏ ਸਾਲ ਹੀ ਜਿਹੜੀ ਆਮਦਨ ਆਪਾਂ ਨੂੰ ਦੇ ਹੀ ਜਾਂਦਾ। ਤੇ ਜੇ ਉਹ ਸੇਲ ਦੀ ਗੱਲ ਕਰੀਏ ਤਾਂ ਕੋਟਕਪੂਰੇ ਦੇ ਨਾਲ ਹੀ ਲੱਗਦਾ ਸੀ, ਜ਼ਿਮੀਂਦਾਰ ਦਾ ਪਿੰਡ ਸੀਗਾ, ਤਾਂ ਉਹ ਜਿਹੜੀ ਸੇਲ ਹੈ ਕੋਟਕਪੂਰੇ ਮੰਡੀ ਦੇ ਵਿੱਚ ਹੀ ਕਰਦੇ ਆ ਆਏ ਸਾਲ ਹੀ। ਯਾਨੀ 40,000 ਤੋਂ ਕਹਿੰਦੇ ਪਲੱਸ ਹੀ ਹੋ ਜਾਂਦਾ, ਵੀ ਦੂਜਾ ਤਾਂ ਅਸੀਂ ਲਿਖਿਆ ਨਹੀਂ, ਤੇ ਜਿਹੜਾ 40,000 ਉਹ ਮੰਡੀ ਤੇ ਜਾਂਦਾ ਉਹ ਤਾਂ ਅਸੀਂ ਕਾਪੀ ਤੇ ਲਿਖਿਆ। ਤੇ ਬਾਕੀ ਜੇਕਰ ਗੱਲ ਕਰੀਏ ਕਿਸਾਨ ਵੀਰੋ ਇਹਦੀ ਪਾਲਕ ਦੀ ਕੋਈ ਹੋਰ ਜਿਵੇਂ ਇਹਨੂੰ ਬਿਮਾਰੀਆਂ ਦੀ, ਤਾਂ ਇਹਨੂੰ ਕੋਈ ਬਿਮਾਰੀ ਨਹੀਂ ਆਉਂਦੀ ਗੀ, ਇਕੱਲੀ ਤੁਸੀਂ ਤੇਲੇ ਦੀ ਸਪਰੇ ਕਰਨੀ ਪੈਣੀ ਤੇ ਜਾਂ ਇੱਕ ਸੁੰਡੀ ਵਾਲੀ, ਬਸ ਦੋ ਹੀ ਸਪਰੇਆਂ ਹੁੰਦੀਆਂ ਤੇ ਬਾਕੀ ਇਹਨੂੰ ਕੋਈ ਤੁਹਾਡਾ ਖਰਚਾ ਨਹੀਂ ਗਾ। ਵਧੀਆ ਆਪਾਂ ਨੂੰ ਇਹ ਜਿਹੜੀ ਆ ਆਮਦਨ ਪਾਲਕ ਦੀ ਖੇਤੀ ਵਧੀਆ ਆਮਦਨ ਦਿੰਦੀ ਆ। ਤੇ ਬਾਕੀ ਆਪਾਂ ਜਿਹੜੀ ਵੀਡੀਓ ਨਾਲ ਦੀ ਨਾਲ ਹੋਰ ਰਿਪੀਟ ਕਰਕੇ ਕਰਦੇ ਰਵਾਂਗੇ, ਪਾਉਂਦੇ ਰਵਾਂਗੇ। ਤੇ ਤੁਸੀਂ ਵੀ ਕਮੈਂਟ ਦੇ ਵਿੱਚ ਦੱਸੋ ਵੀਡੀਓ ਕਿਵੇਂ ਲੱਗੀ, ਤੇ ਕੋਈ ਵੀ ਤੁਹਾਡਾ ਸਵਾਲ ਆ ਕਮੈਂਟ ਦੇ ਵਿੱਚ ਜ਼ਰੂਰ ਦੱਸੋ। ਬਾਕੀ ਠੀਕ ਹੈ ਕਿਸਾਨ ਵੀਰੋ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਵਿੱਚ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।